ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ੍ਰੀ ਅਕਾਲ, ਆਪ ਵੇਖ ਰਹੇ ਹੋ ਅਕਾਲ ਚੈਨਲ। ਅਕਾਲ ਚੈਨਲ ਦੇ ਉੱਪਰ ਹਫ਼ਤਾਵਾਰੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਇਸ ਵਰ੍ਹੇ ਦਾ ਇਹ ਆਖਰੀ ਪ੍ਰੋਗਰਾਮ ਹੈਗਾ, ਫਿਰ ਨਵੇਂ ਸਾਲ ਦੇ ਵਿੱਚ ਆਪਾਂ ਮਿਲਾਂਗੇ। ਸਭ ਤੋਂ ਪਹਿਲਾਂ ਇਹ ਹਫ਼ਤਾ ਜਿਹੜਾ ਔਰ ਪੋਹ ਦਾ ਮਹੀਨਾ ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਨਵੇਕਲਾ ਸਥਾਨ ਰੱਖਦਾ ਹੈ। ਸ਼ਹਾਦਤਾਂ ਦਾ ਮਹੀਨਾ ਹੈ, ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ, ਵੱਡੇ ਸਾਹਿਬਜ਼ਾਦਿਆਂ ਦੀ ਲੜਾਈ ਦੇ ਵਿੱਚ ਸ਼ਹਾਦਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਨੀਹਾਂ ਦੇ ਵਿੱਚ ਸ਼ਹਾਦਤ। ਹੋਰ ਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀਆਂ ਸ਼ਹਾਦਤਾਂ ਮਿਲਦੀਆਂ ਹੋਣਗੀਆਂ, ਪਰ ਜੋ ਇਹ ਸ਼ਹਾਦਤਾਂ ਨੇ ਇਹ ਦੁਨੀਆ ਦੇ ਵਿੱਚ ਇੱਕ ਆਪਣੀ ਵੱਖਰੀ ਜਿਹੜੀ ਆ ਸਥਾਨ ਰੱਖਦੀਆਂ ਨੇ। ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚੁਰਾਏ ਗਏ, ਅਤੇ ਇਹੋ ਜਿਹੀ ਜਿਹੜੀ ਸ਼ਹਾਦਤ ਹੈ ਉਹ ਕਦੀ ਵੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਇਹ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੈ, ਜਿਹੜਾ ਵਿਰਸਾ ਹੈ, ਇਹਨਾਂ ਸ਼ਹਾਦਤਾਂ ਨੂੰ ਔਰ ਹੋਰ ਵੀ ਜਿਹੜੇ ਸਿੰਘ ਗੁਰੂ ਸਾਹਿਬ ਦੇ ਨਾਲ ਜੰਗ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਸਾਡਾ ਉਹਨਾਂ ਨੂੰ ਪ੍ਰਣਾਮ ਹੈ। ਅਕਾਲ ਚੈਨਲ ਵੱਲੋਂ ਵੀ ਅਤੇ ਮੇਰੇ ਵੱਲੋਂ ਵੀ ਸਮੂਹ ਸੰਗਤਾਂ ਅੱਗੇ ਬੇਨਤੀ ਹੈ ਕਿ ਇਹਨਾਂ ਸ਼ਹਾਦਤਾਂ ਨੂੰ ਆਪਾਂ ਯਾਦ ਰੱਖੀਏ ਔਰ ਗੁਰੂ ਸਾਹਿਬ ਦੇ ਜੋ ਸੰਦੇਸ਼ ਨੇ ਸਾਡੇ ਵਾਸਤੇ ਉਹਨਾਂ ਦੇ ਉੱਪਰ ਆਪਾਂ ਚੱਲਣ ਦਾ ਜਿਹੜਾ ਅਮਲ ਕਰੀਏ। ਹੁਣ ਗੱਲ ਕਰਦੇ ਹਾਂ ਆਪਾਂ ਇੱਥੇ ਦੀ ਬ੍ਰਿਟਨ ਦੀ। ਬ੍ਰਿਟਨ ਦੇ ਵਿੱਚ ਰਾਣੀ ਨੇ ਕਿਹਾ ਹੈ, ਐਲਿਜ਼ਬੈਥ ਨੇ ਆਪਣੇ ਕ੍ਰਿਸਮਿਸ ਦੇ ਭਾਸ਼ਣ ਦੇ ਵਿੱਚ, ਕਿ ਆਹ ਜਿਹੜਾ ਵਰ੍ਹਾ ਬੀਤਿਆ ਹੈ ਬੜਾ ਉਥਲ ਪੁਥਲ ਵਾਲਾ ਵਰ੍ਹਾ ਸੀ, ਆਉਣ ਵਾਲਾ ਜਿਹੜਾ ਸਮਾਂ ਹੈ ਵਰ੍ਹਾ ਉਹ ਵੀ ਬਹੁਤਾ ਖੁਸ਼ੀਆਂ ਭਰਿਆ ਸ਼ਾਇਦ ਨਾ ਹੋਵੇ, ਬੜੀਆਂ ਰੁਕਾਵਟਾਂ ਬੜੀਆਂ ਔਕੜਾਂ ਰਾਹ ਦੇ ਵਿੱਚ ਆਉਂਦੀਆਂ ਨੇ। ਉਸਨੇ ਆਖਿਆ ਕਿ ਜਿਹੜੀ ਜੀਵਨ ਹੈ, ਜ਼ਿੰਦਗੀ ਹੈ, ਉਸ ਦੇ ਵਿੱਚ ਜਿਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ, ਦੁੱਖ ਸੁੱਖ ਤਾਂ ਸਾਰੇ ਨਾਲ ਚੱਲਦੇ ਨੇ ਪਰ ਉਹਨਾਂ ਨੂੰ ਹੰਭਲਾ ਮਾਰ ਕੇ ਸਾਰਿਆਂ ਨੂੰ ਨਜਿੱਠਣਾ ਪੈਂਦਾ ਹੈਗਾ। ਰਾਣੀ ਦੇ ਆਪਣੇ ਪਰਿਵਾਰ ਦੇ ਵਿੱਚ ਵੀ ਸਾਰਾ ਕੁਝ ਜਿਹੜਾ ਸਹੀ ਨਹੀਂ ਰਿਹਾ ਇਸ ਸਾਲ ਦੇ ਵਿੱਚ। ਰਾਣੀ ਦੇ ਆਪਣੇ ਘਰ ਵਾਲਾ ਫਿਲਿਪਸ, ਜਿਹੜਾ ਕਿ ਕ੍ਰਿਸਮਿਸ ਤੋਂ ਪਹਿਲਾਂ ਢਿੱਲਾ ਹੋਇਆ ਸੀ, 98 ਸਾਲ ਦੀ ਉਮਰ ਹੈ, ਉਹ ਵੀ ਚਰਚ ਵਿੱਚ ਇਸ ਵਾਰੀ ਨਾ ਜਾ ਸਕਿਆ, ਅਤੇ ਨਾਲ ਹੀ ਡਿਊਕ ਜਿਹੜਾ ਹੈਗਾ, ਡਿਊਕ ਆਫ ਯੋਰਕਸ, ਉਸਨੇ ਜੋ ਇਸ ਸਾਲ ਉਸਦੀਆਂ ਹਰਕਤਾਂ ਹੋਈਆਂ, ਉਸਨੇ ਵੀ ਰਾਣੀ ਦਾ ਸ਼ਾਨੋ ਸ਼ੌਕਤ ਮਾਨ ਤਾਨ ਜਿਹੜਾ ਥੱਲੇ ਕੀਤਾ ਹੈਗਾ। ਫਿਰ ਹੈਰੀ ਅਤੇ ਮੈਗਨਾ ਉਸਦੇ ਘਰ ਵਾਲੀ, ਉਹ ਵੀ ਇਸ ਵਾਰੀ ਜਿਹੜੀ ਆ ਇੱਥੇ ਪ੍ਰੇਅਰ ਦੇ ਵਿੱਚ ਔਰ ਕ੍ਰਿਸਮਿਸ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ, ਕਿਉਂਕਿ ਉਹ ਵੀ ਕੈਨੇਡਾ ਗਏ ਹੋਏ ਸਨ। ਕਹਿਣ ਤੋਂ ਭਾਵ ਹੈ ਕਿ ਜਿੱਥੇ ਉਸਨੂੰ ਪਰਿਵਾਰਕ ਤੌਰ 'ਤੇ ਇਸ ਸਾਲ ਵੱਡੇ ਧੱਕੇ ਲੱਗੇ ਨੇ, ਉੱਥੇ ਰਾਜਨੀਤਿਕ ਤੌਰ 'ਤੇ ਜੇਕਰ ਆਪਾਂ ਦੇਖੀਏ, ਬੋਰਿਸ ਜੌਨਸਨ ਨੇ ਕਿਸ ਤਰ੍ਹਾਂ ਰਾਣੀ ਤੋਂ ਗਲਤ ਫੈਸਲਾ ਕਰਵਾਇਆ ਅਤੇ ਫਿਰ ਬੋਰਿਸ ਜੌਨਸਨ ਨੇ ਉਸ ਤੋਂ ਜਾ ਕੇ ਜਿਹੜੀ ਮਾਫ਼ੀ ਮੰਗੀ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ। ਸੋ ਇਹੋ ਜਿਹੜੀਆਂ ਚੀਜ਼ਾਂ ਸੀ ਬ੍ਰਿਟਨ ਦੇ ਵਿੱਚ ਵਾਪਰੀਆਂ, ਅਤੇ ਰਾਣੀ ਨੇ ਇਹਨਾਂ ਸਾਰਿਆਂ ਨੂੰ ਅੱਗੇ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਇਹੋ ਜਿਹੀਆਂ ਚੀਜ਼ਾਂ ਅਗਾਂਹ ਨਹੀਂ ਵਾਪਰਨੀਆਂ ਚਾਹੀਦੀਆਂ। ਬੇਸ਼ੱਕ ਜੋ ਵਰਲਡ ਵਾਰ ਸ਼ਹੀਦਾਂ ਦਾ ਦਿਨ 75ਵੀਂ ਵਰ੍ਹੇ ਵੰਡ ਮਨਾਈ ਗਈ, ਇਸੇ ਤਰ੍ਹਾਂ ਨੈਟੋ ਦੇਸ਼ਾਂ ਦੀ 50ਵੀਂ ਵਰ੍ਹੇ ਗੰਢ ਇੱਥੇ ਮਨਾਈ ਗਈ। ਸੋ ਜਿੱਥੇ ਚੰਗੇ ਕੰਮ ਹੋਏ ਉੱਥੇ ਮਾੜੇ ਵੀ ਜਿਹੜੇ ਨਾਲ ਚੱਲਦੇ ਗਏ, ਅਤੇ ਇਸ ਤਰ੍ਹਾਂ ਬ੍ਰਿਟਨ ਦੇ ਵਿੱਚ ਇਸ ਵਾਰੀ ਇਸ ਵਰ੍ਹੇ ਵਿੱਚ ਸਾਰਾ ਯੂਰਪੀਅਨ ਯੂਨੀਅਨ ਦੇ ਮਸਲੇ ਦੇ ਵਿੱਚ ਜੋ ਹਾਊਸ ਆਫ ਕਾਮਨ ਆ ਉਲਝਿਆ ਰਿਹਾ, ਔਰ ਇਸ ਦੇ ਵਿੱਚ ਥਰੀਸਾ ਮੇ ਨੂੰ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਸਤੀਫਾ ਦੇਣਾ ਪਿਆ, ਅਤੇ ਫਿਰ ਬੋਰਿਸ ਜੌਨਸਨ ਨੇ ਇਸ ਦੀ ਜਿਹੜੀ ਆ ਸਾਰੀ ਕੁਰਸੀ ਸਾਂਭੀ, ਅਤੇ ਬੋਰਿਸ ਜੌਨਸਨ ਦੇ ਕੁਰਸੀ ਸਾਂਭਣ ਦੇ ਨਾਲ ਉਹ ਵਾਰ ਵਾਰ ਹਾਊਸ ਆਫ ਕਾਮਨ ਦੇ ਵਿੱਚ ਡੀਲ ਦੇ ਮੁੱਦੇ ਦੇ ਉੱਪਰ ਹਾਰਿਆ, ਪਰ ਆਖਰ ਉਸਨੂੰ ਚੋਣਾਂ ਜਿਹੜੀਆਂ ਡਿਕਲੇਅਰ ਕਰਨੀਆਂ ਪਈਆਂ। ਜਿਸ ਤਰ੍ਹਾਂ ਲੋਕ ਸੋਚਦੇ ਸਨ ਉਸੇ ਨਾਲੋਂ ਵੀ ਵੱਧ, ਬੋਰਿਸ ਜੌਨਸਨ ਨੂੰ 360 ਤੋਂ ਉੱਪਰ ਵੱਧ ਸੀਟਾਂ ਲੈ ਕੇ ਉਸਨੇ ਹੁਣ ਨਵੀਂ ਜਿਹੜੀ ਇਹ ਸਰਕਾਰ ਜਿਹੜੀ ਬਣਾਈ ਹੈਗੀ ਆ, ਔਰ ਬੋਰਿਸ ਜੌਨਸਨ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਜਿਹੜਾ ਮਤਾ ਹਾਊਸ ਆਫ ਕਾਮਨ ਵਿੱਚ ਪਾਸ ਕੀਤਾ ਉਹ ਇਹ ਹੈ ਕਿ ਯੂਰਪੀਅਨ ਯੂਨੀਅਨ 'ਚੋਂ ਬਾਹਰ ਨਿਕਲਣ ਦਾ ਜੋ ਡੀਲ ਹੈ, ਐਗਰੀਮੈਂਟ ਹੈ, ਉਹ ਜਿਹੜਾ ਪਾਸ ਕੀਤਾ ਹੈਗਾ। ਹੁਣ ਆਉਂਦੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਅਗਲੀ ਕਾਰਵਾਈ ਹੋਵੇਗੀ, ਔਰ 31 ਜਨਵਰੀ ਤੱਕ ਜਿਹੜਾ ਆ ਬ੍ਰਿਟੇਨ ਆ ਯੂਰਪੀਅਨ ਯੂਨੀਅਨ ਤੋਂ ਬਾਹਰ ਆਵੇਗਾ। ਇੱਕ ਸਾਲ ਦਾ ਹੋਰ ਸਮਾਂ ਹੋਏਗਾ, 2020 31 ਦਸੰਬਰ ਤੱਕ ਜੋ ਇਹਨਾਂ ਦਾ ਲੈਣ ਦੇਣ ਹੈ, ਟ੍ਰਾਂਜੀਸ਼ਨਲ ਪੀਰੀਅਡ ਜਿਹੜਾ ਜਿਸਨੂੰ ਆਪਾਂ ਕਹਿੰਦੇ ਹਾਂ, ਉਸ ਦੇ ਵਿੱਚ ਇਹ ਸਾਰੀ ਡੀਲ ਹੋਵੇਗੀ। ਬ੍ਰਿਟੇਨ ਦੇ ਵਿੱਚ
ਇਸ ਸਾਲ ਦੇ ਵਿੱਚ ਕਾਫੀ ਰੁਝੇਵੇਂ ਰਹਿਣਗੇ ਸਰਕਾਰ ਵਾਸਤੇ, ਨਵੇਂ ਕਾਨੂੰਨ ਬਣਨਗੇ, ਸਾਰਾ ਕੁਝ ਜਿਹੜਾ ਆ ਉਹ ਨਵਾਂ ਹੀ ਹੋਵੇਗਾ ਔਰ ਯੂਰਪੀਅਨ ਲਾਅ ਦਾ ਇੱਥੇ ਕੋਈ ਪ੍ਰਭਾਵ ਜਿਹੜਾ ਨਹੀਂ ਹੋਵੇਗਾ। ਔਰ ਇਸ ਬਾਰੇ ਇਹਨਾਂ ਚੋਣਾਂ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਆ ਉਮੀਦਵਾਰ ਜਿੱਤੇ ਨੇ, ਜਿਨ੍ਹਾਂ ਨੇ ਪਿਛਲੀ ਵਾਰੀ ਵੀ ਆਪਣੇ 5 ਸਾਲ ਦਾ ਸਮਾਂ ਬਿਤਾਇਆ ਸੀ। ਇਹਨਾਂ ਦੇ ਵਿੱਚ ਵਰਿੰਦਰ ਸ਼ਰਮਾ, ਤਰਨਜੀਤ ਸਿੰਘ ਢੇਸੀ, ਸੀਮਾ ਮਲਹੋਤਰਾ ਹੈ, ਇਹ ਜਿਹੜੇ ਸਾਰੇ, ਪ੍ਰੀਤ ਗਿੱਲ ਹੈ, ਇਹਨਾਂ ਨੇ ਲੇਬਰ ਪਾਰਟੀ ਵੱਲੋਂ ਜਿੱਤਾਂ ਪ੍ਰਾਪਤ ਕੀਤੀਆਂ। ਅਤੇ ਟੋਰੀ ਪਾਰਟੀ ਨੇ ਵੀ ਕੁਛ ਪੰਜਾਬੀ ਉਮੀਦਵਾਰਾਂ ਨੂੰ ਤਾਰਿਆ ਸੀ, ਜਿਨ੍ਹਾਂ ਦੇ ਵਿੱਚ ਇੱਥੋਂ ਗੁਰਜੀਤ ਕੌਰ ਬੈਂਸ ਸੀ ਵਾਲਸਾਲ ਤੋਂ, ਇਸੇ ਤਰ੍ਹਾਂ ਤਰਨਮਨਜੀਤ ਸਿੰਘ ਢੇਸੀ ਦੇ ਮੁਕਾਬਲੇ 'ਤੇ ਇੱਕ ਲੜਕੀ ਸੀ ਗਿੱਲ, ਅਤੇ ਨਾਲ ਹੀ ਸ਼ੇਖੋਂ ਬ੍ਰੈਡਫੋਰਡ ਦੀ ਸਾਊਥ ਸੀਟ ਤੋਂ ਇਹੋ ਜਿਹੇ ਨੌਜਵਾਨ ਉਤਾਰੇ ਸਨ, ਪਰ ਇਹ ਕਾਮਯਾਬੀ ਇਹ ਨਹੀਂ ਪ੍ਰਾਪਤ ਕਰ ਸਕੇ। ਲੇਬਰ ਪਾਰਟੀ ਦਾ ਇਸ ਸਾਲ ਦੇ ਵਿੱਚ ਵਾਹਵਾ ਹੀ ਥੱਲਾ ਲੱਗਾ ਹੈ ਇਹਨਾਂ ਚੋਣਾਂ ਦੇ ਵਿੱਚ। ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ ਇਸ ਦਾ ਜਿਹੜਾ ਲੀਡਰ ਹੈ ਲੇਬਰ ਪਾਰਟੀ ਦਾ ਜੈਰਮੀ ਕੋਰਬਨ, ਉਹ ਖੱਬੇ ਪਾਸੇ ਵਿਚਾਰਧਾਰਾ ਦਾ ਧਾਰਨੀ ਹੈ, ਇਸ ਕਰਕੇ ਜਿਹੜੇ ਲੋਕ ਆ ਔਰ ਪਾਰਟੀ ਦੇ ਵਰਕਰ ਆ ਉਸ ਦੇ ਨਾਲ ਜੁੜ ਨਹੀਂ ਰਹੇ। ਸੋ ਇਹ ਲੇਬਰ ਪਾਰਟੀ ਦੀ ਇਸ ਵਰ੍ਹੇ ਵਿੱਚ ਇਤਿਹਾਸਕ ਜਿਹੜੀ ਹਾਰ ਹੋਈ ਹੈਗੀ ਆ ਬ੍ਰਿਟੇਨ ਦੇ ਵਿੱਚ। ਅਤੇ ਇਸ ਦੇ ਵਿੱਚ ਰਾਣੀ ਨੇ ਆਖਿਆ ਹੈਗਾ ਕਿ ਭਾਵੇਂ ਕੋਈ ਪਾਰਟੀ ਹੋਵੇ, ਟੋਰੀ ਹੋਵੇ ਜਾਂ ਲੇਬਰ ਹੋਵੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਆਉਂਦੇ ਵਰ੍ਹੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ, ਅਤੇ ਲੋਕਾਂ ਦੇ ਜੋ ਕੰਮ ਹੈ, ਲੋਕਾਂ ਦੇ ਜੋ ਹਿੱਤ ਹੈ, NHS ਹੈ, ਐਜੂਕੇਸ਼ਨ ਹੈ, ਇਹਨਾਂ ਵੱਲ ਸਰਕਾਰ ਨੂੰ ਵੱਧ ਜਿਹੜਾ ਧਿਆਨ ਦੇਣ ਦੀ ਲੋੜ ਹੈਗੀ ਆ। ਲੇਬਰ ਪਾਰਟੀ ਦੇ ਲੀਡਰਾਂ ਨੇ ਇੱਕ ਆਪਣੀ ਵੱਖਰੀ ਜਿਹੜੀ ਇਨਕੁਆਇਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਔਰ ਬਣਾਈ ਹੈ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਕਾਰਨ ਲੱਭੇ ਜਾਣਗੇ ਬਈ ਕਿਉਂ ਜਿਹੜੀ ਹੈ ਲੇਬਰ ਪਾਰਟੀ ਦੀ ਏਡੀ ਵੱਡੀ ਹਾਰ ਹੋਈ ਆ। ਔਰ ਇਹਦੇ ਵਿੱਚ ਜਿਹੜੇ ਕੁਛ MPs ਲੈ ਗਏ ਨੇ, ਪੁਰਾਣਾ ਇਹਨਾਂ ਦਾ ਮੁਖੀ ਰਿਹਾ ED ਮਿਲੀ ਬੈਂਡ, ਉਹ ਵੀ ਇਸ ਦੇ ਵਿੱਚ ਹੈ, ਸ਼ਵਾਨਾ ਮਹਿਮੂਦ ਹੈ, ਜੌਨ ਮਕਡੋਨਲਡ, ਇਹ ਜਿਹੜੇ ਪਾਰਟੀਜ਼ ਦੇ ਲੋਕੀਜ਼ ਨੇ, ਇਹ ਦੇਖਣਗੇ ਬਈ ਲੇਬਰ ਪਾਰਟੀ ਦੀ ਹਾਰ ਕਿਉਂ ਹੋਈ, ਉਹਨਾਂ ਕਾਰਨਾਂ ਦੇ ਉੱਪਰ ਜਿਹੜਾ ਆ ਰਿਵਿਊ ਕੀਤਾ ਜਾਵੇਗਾ, ਵਿਚਾਰ ਕੀਤਾ ਜਾਵੇਗਾ, ਤਾਂ ਕਿ ਭਵਿੱਖ ਵਿੱਚ ਪਾਰਟੀ ਨੂੰ ਇਹੋ ਜਿਹਾ ਜਿਹੜਾ ਮੌਕਾ ਨਾ ਦੇਖਣਾ ਪਵੇ। ਬ੍ਰਿਟੇਨ ਦੀਆਂ ਜੇਲ੍ਹਾਂ ਦੇ ਅੰਦਰ ਜੋ ਹੁਣ ਰਿਪੋਰਟ ਆਈ ਹੈਗੀ ਆ, ਉਹਨਾਂ ਦੇ ਵਿੱਚ ਸ਼ਰੀਅਤ ਲਾਅ ਵੀ ਚੱਲਦਾ ਹੈ। ਕੁਛ ਲੋਕ ਜਿਹੜੇ ਨੇ ਇੱਕ ਧਰਮ ਦੇ ਨਾਲ ਸੰਬੰਧਿਤ, ਉਹਨਾਂ ਦੇ ਜਿਹੜੇ ਕੁਝ ਲੋਕ ਉੱਥੇ ਆਪਣੇ ਸ਼ਰੀਅਤ ਲਾਅ ਮੁਤਾਬਕ ਜਿਹੜੀਆਂ ਸਾਰਾ ਕੁਛ ਹਰਕਤਾਂ ਕਰਦੇ ਨੇ, ਔਰ ਰਾਣੀ ਖਿਲਾਫ਼ ਮੰਦੀ ਭਾਸ਼ਾ ਵੀ ਵਰਤਦੇ ਨੇ, ਖਾਸ ਕਰ ਉਹ ਲੋਕ ਨੇ ਜਿਹੜੇ ਕਿ ਅੱਤਵਾਦੀ ਕਾਰਵਾਈਆਂ ਦੇ ਦੋਸ਼ਾਂ ਦੇ ਅਧੀਨ ਜਿਹੜੇ ਉਹ ਫੜੇ ਹੋਏ ਨੇ, ਔਰ ਉਹ ਸਜ਼ਾਵਾਂ ਵੀ ਭੁਗਤ ਰਹੇ ਨੇ, ਪਰ ਉਹਨਾਂ ਦੇ ਅੰਦਰ ਜਿਹੜੀ ਰਾਣੀ ਦੇ ਔਰ ਬ੍ਰਿਟੇਨ ਸਿਸਟਮ ਦੇ ਖਿਲਾਫ਼ ਕਾਫ਼ੀ ਜਿਹੜੀ ਨਫ਼ਰਤ ਹੈ। ਉਹਨਾਂ ਦੇ ਵਿੱਚੋਂ ਇੱਕ ਇਹ ਲੜਕਾ ਸੀ ਜਿਸ ਨੇ ਲੰਡਨ ਦੇ ਵਿੱਚ ਬ੍ਰਿਜ ਦੇ ਉੱਪਰ ਕੁਛ ਲੋਕਾਂ ਦੇ ਉੱਪਰ ਹਮਲਾ ਕੀਤਾ ਸੀ ਅਤੇ ਪੁਲਿਸ ਵਾਲਿਆਂ ਨੇ ਉਸ ਨੂੰ ਜਿਹੜਾ ਮਾਰ ਦਿੱਤਾ ਸੀ। ਔਰ ਹੋਮ ਆਫਿਸ ਦਾ ਕਹਿਣਾ ਕਿ ਭਵਿੱਖ ਵਿੱਚ ਇਹੋ ਜਿਹੀਆਂ ਕਾਰਵਾਈਆਂ ਦੇ ਉੱਪਰ ਖਾਸ ਜਿਹੜਾ ਖਿਆਲ ਅਸੀਂ ਰੱਖਾਂਗੇ। ਅੱਗੇ ਗੱਲ ਕਰਦੇ ਹਾਂ ਆਪਾਂ NHS ਦੀ, ਕਿਉਂਕਿ NHS ਚੋਣਾਂ ਵਿੱਚ ਵੀ ਵੱਡਾ ਮੁੱਦਾ ਰਿਹਾ ਅਤੇ ਹੁਣ ਵੀ ਜਿਹੜਾ ਇਹ ਵੱਡੇ ਮੁੱਦੇ ਦੀ ਗੱਲ ਚੱਲ ਰਹੀ ਹੈਗੀ ਆ। ਬੇਸ਼ੱਕ ਬੋਰਿਸ ਜੌਨਸਨ ਨੇ ਕਿਹਾ ਕਿ ਨਵੇਂ ਹਸਪਤਾਲ ਖੋਲ੍ਹਾਂਗੇ, 50,000 ਨਰਸਾਂ ਭਰਤੀ ਕਰਾਂਗੇ, ਸਾਰਾ ਕੁਛ, ਪਰ ਹੁਣ ਤਾਂ ਜਿੱਥੇ ਤਾਂ ਇਹ ਸਾਰੀ ਖੋਜ ਹੈ ਉਸ ਦੇ ਵਿੱਚ ਇੰਗਲੈਂਡ ਦੇ ਵਿੱਚ 1 ਮਿਲੀਅਨ ਔਰਤਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਲੇਡੀ ਡਾਕਟਰ, ਜਿਸ ਨੂੰ ਆਪਾਂ ਫੀਮੇਲ ਡਾਕਟਰ ਕਹਿੰਦੇ ਹਾਂ, ਨਹੀਂ ਦੇਖਦੇ, ਉਹਨਾਂ ਨੂੰ ਮੇਲ ਡਾਕਟਰ ਹੀ ਦੇਖਦੇ ਨੇ। ਕਿਉਂਕਿ ਔਰਤਾਂ ਦੀ ਪਹਿਲੀ ਚੁਆਇਸ ਇਹ ਹੁੰਦੀ ਆ ਕਿ ਅਗਰ ਅਸੀਂ ਦੇਖਣਾ ਹੈ ਡਾਕਟਰ ਨੂੰ ਤਾਂ ਉਹ ਔਰਤ ਹੀ ਹੋਣੀ ਚਾਹੀਦੀ ਹੈ, ਪਰ ਔਰਤ ਡਾਕਟਰ ਦੀ ਅਪੁਆਇੰਟਮੈਂਟ ਲੈਣ ਵਾਸਤੇ 2-2, 3-3 ਮਹੀਨੇ ਦਾ ਜਿਹੜਾ ਸਮਾਂ ਸਰਜਰੀਆਂ ਦੇ ਵਿੱਚ ਲੱਗ ਜਾਂਦਾ ਹੈਗਾ। ਅਤੇ ਇਸ ਦੇ ਉੱਪਰ ਲੇਬਰ ਪਾਰਟੀ ਨੇ ਪਹਿਲਾਂ ਵੀ ਕਾਫੀ ਕਿੰਤੂ ਪ੍ਰੰਤੂ ਕੀਤਾ ਸੀ, ਪਰ ਹੁਣ ਖੋਜ ਜਿਹੜੀ ਇਹ ਪੜਤਾਲ ਇਨਵੈਸਟੀਗੇਸ਼ਨਾਂ ਹੋਈਆਂ ਹੈਗੀਆਂ ਉਸ ਦੇ ਵਿੱਚ ਬਿਲਕੁਲ ਹੀ ਹੈ, ਕਈਆਂ ਇਲਾਕਿਆਂ ਦੇ ਵਿੱਚ ਤਾਂ ਲੇਡੀ ਡਾਕਟਰਸ ਜਿਹੜੀਆਂ ਹੈ ਹੀ ਨਹੀਂ, ਉੱਥੇ ਸਿਰਫ ਮੇਲ ਡਾਕਟਰਸ ਨੇ, ਉੱਥੇ ਮਰੀਜ਼ਾਂ ਨੂੰ ਜਿਹੜੀਆਂ ਔਰਤ ਮਰੀਜ਼ਾਂ ਉਹਨਾਂ ਨੂੰ ਮੇਲ ਡਾਕਟਰ ਹੀ ਜਿਹੜੇ ਆ ਉਹ ਦੇਖਦੇ ਨੇ। ਉਸ ਤੋਂ ਅੱਗੇ ਗੱਲ ਕਰਦੇ ਹਾਂ ਆਪਾਂ ਖਰੀਦੋ ਪ੍ਰੋਖਤ ਦੀ, ਕ੍ਰਿਸਮਿਸ ਦੇ ਉੱਪਰ, ਕਿਉਂਕਿ ਬ੍ਰਿਟੇਨ ਦਾ ਇਹ ਵਪਾਰਕ ਜਿਹੜਾ ਆਪਾਂ ਸੀਜ਼ਨਲ ਵਪਾਰਕ ਜਿਹੜਾ ਇਸ ਨੂੰ ਈਵੈਂਟ ਕਹਿੰਦੇ ਹਾਂ, ਕ੍ਰਿਸਮਿਸ ਤੋਂ ਪਹਿਲਾਂ ਹੀ ਮਹੀਨਾ ਲੋਕ ਚੀਜ਼ਾਂ ਖਰੀਦਣ ਲੱਗ ਪੈਂਦੇ ਨੇ ਔਰ ਬੋਕਸਿੰਗ ਡੇ ਤੱਕ ਸੇਲਾਂ ਲੱਗਦੀਆਂ ਨੇ, ਖਰੀਦਦੇ ਨੇ। ਇਸ ਵਾਰ ਇਹ ਪਤਾ ਲੱਗ ਰਿਹਾ ਕਿ ਇਨਵਾਇਰਮੈਂਟਲੀ ਫਰੈਂਡਲੀ ਲੋਕ ਨੇ ਜਿਹੜੇ ਕਿ ਵਾਤਾਵਰਨ ਨੂੰ ਸਹੀ ਰੱਖਣਾ ਚਾਹੁੰਦੇ ਨੇ, ਉਹਨਾਂ ਨੇ ਬੋਕਸਿੰਗ ਡੇ ਵਾਲੇ ਦਿਨ ਜਿਹੜੀ ਆ ਇੰਨੀ ਖਰੀਦੋ ਪ੍ਰੋਖਤ ਨਹੀਂ ਕੀਤੀ।
ਉਮੀਦ ਕੀਤੀ ਜਾ ਰਹੀ ਕਿ 200 ਮਿਲੀਅਨ ਪਾਉਂਡ ਤੱਕ ਇਸ ਸਾਲ ਜਿਹੜੀ ਬੋਕਸਿੰਗ ਡੇ ਵਾਲੇ ਦਿਨ ਅੱਜ ਦੇ ਦਿਨ ਜਿਹੜੀ ਆ ਸੇਲ ਉਹ ਘੱਟ ਰਹੀ ਹੈ। ਉਸ ਦਾ ਕਾਰਨ ਹੈ ਕਿ ਲੋਕ ਜਿਹੜੇ ਪੇਪਰ ਨੇ ਗੱਤੇ ਨੇ ਉਹਨਾਂ ਨੂੰ ਖਰੀਦਣਾ ਨਹੀਂ ਚਾਹੁੰਦੇ। ਇਸ ਦੇ ਨਾਲ ਉਹਨਾਂ ਨੇ ਆਖਿਆ ਕਿ ਜਿਹੜੀ ਇਹ ਗ੍ਰੀਨ ਰੈਵੋਲਿਊਸ਼ਨ ਹੈ ਵਾਤਾਵਰਨ ਸਹੀ ਕਰਨ ਵਾਲੀ ਮੁਹਿੰਮ ਅੱਗੇ ਚੱਲੇਗੀ। ਅਤੇ ਰਾਣੀ ਨੇ ਉਹ ਲੋਕ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਵਲੰਟੀਅਰਸ ਦੀ ਕਿ ਉਹ ਲੋਕ ਕਾਫੀ ਜਿਹੜੇ ਯਤਨ ਕਰ ਰਹੇ ਨੇ ਕਿ ਜਿਹੜਾ ਮਾਹੌਲ ਆ ਆਪਣਾ ਆਲਾ ਦੁਆਲਾ ਹੈ ਚਗਿਰਦਾ ਹੈ ਉਸ ਨੂੰ ਜਿਹੜਾ ਸਾਫ਼ ਰੱਖਿਆ ਜਾਵੇ। ਇਸ ਤੋਂ ਅੱਗੇ ਹੁਣ ਆਪਾਂ ਅੰਤਰਰਾਸ਼ਟਰੀ ਤੌਰ 'ਤੇ ਕੁਝ ਚੱਲਦੇ ਹਾਂ ਕੋਈ ਇੰਟਰਨੈਸ਼ਨਲੀ ਤੌਰ 'ਤੇ ਵੀ ਜਿਸ ਤਰ੍ਹਾਂ ਇਹ ਸਾਲ ਕਾਫੀ ਉਥਲ ਪੁਥਲ ਵਾਲਾ ਸੀ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਪਰ ਇੰਪੀਚਮੈਂਟ ਦੇ ਦੋਸ਼ ਲੱਗੇ ਅਤੇ ਨਾਲ ਹੀ ਅਮਰੀਕਾ ਅਤੇ ਚਾਈਨਾ ਦਾ ਜੋ ਵਾਰ ਟ੍ਰੇਡ ਸੀ ਉਹ ਵੀ ਇਸ ਸਾਲ ਮਗਿਆ ਰਿਹਾ ਔਰ ਇਸ ਵਾਰ ਟ੍ਰੇਡ ਨੇ ਜੋ ਲੜਾਈ ਸੀ ਆਪਸ ਵਿੱਚ ਵਪਾਰਾਂ ਦੀ ਸਾਰੀ ਦੁਨੀਆ ਦੇ ਉੱਪਰ ਅਸਰ ਪਾਇਆ ਹੈ। ਬ੍ਰਿਟੇਨ ਹੋਵੇ ਭਾਰਤ ਹੋਵੇ ਜੋ ਵੀ ਆ ਉਹਨਾਂ ਦੀ ਜੋ ਇੰਪੋਰਟ ਐਕਸਪੋਰਟ ਹੈਗੀ ਆ ਉਸ ਦੇ ਉੱਪਰ ਪੂਰਾ ਅਸਰ ਪਾਇਆ। ਨਾਲ ਹੀ ਚਾਈਨਾ ਨੂੰ ਹਾਂਗਕਾਂਗ ਦੇ ਵਿੱਚ ਜੋ ਵਿਰੋਧੀਆਂ ਵੱਲੋਂ ਆਜ਼ਾਦੀ ਪਸੰਦ ਲੋਕਾਂ ਵੱਲੋਂ ਜੋ ਮੁਜ਼ਾਹਰੇ ਕੀਤੇ ਗਏ ਉੱਥੇ ਉਸਨੇ ਚੀਨ ਨੂੰ ਇਸ ਸਾਲ ਦੇ ਵਿੱਚ ਕਾਫੀ ਜਿਹੜਾ ਆ ਤਕਲੀਫਾਂ ਦੇ ਉੱਪਰ ਔਰ ਅੰਤਰਰਾਸ਼ਟਰੀ ਤੌਰ ਪੱਧਰ ਦੇ ਉੱਪਰ ਆਲੋਚਨਾ ਦਾ ਜਿਹੜਾ ਉਸਨੂੰ ਮੁੱਖ ਆਪਾਂ ਕਹਿ ਲਈਏ ਕਿ ਸਾਹਮਣਾ ਕਿਆ ਕਰਨਾ ਪਿਆ ਹੈਗਾ ਚੀਨ ਨੂੰ। ਅਤੇ ਨਾਲ ਹੀ ਕੈਨੇਡਾ ਦੇ ਵਿੱਚ ਚੋਣਾਂ ਹੋਈਆਂ ਨੇ ਅਤੇ ਆਪਾਂ ਨੂੰ ਪਤਾ ਕਿ ਟਰੂਡੋ ਦੀ ਪਾਰਟੀ ਜਿੱਤੀ ਹੈ ਪਰ ਘੱਟ ਗਿਣਤੀ ਸਰਕਾਰ ਉਹ ਬਣੀ ਹੈ ਅਤੇ ਉੱਥੇ ਵੀ ਆਪਣੇ ਜਿਹੜੇ ਪੰਜਾਬੀ MPs ਨੇ ਚੰਗਾ ਜਿਹੜਾ ਉੱਥੇ ਮਾਰਕਾ ਮਾਰਿਆ ਹੈਗਾ। ਅਤੇ ਹੁਣ ਚੱਲਦੇ ਹਾਂ ਭਾਰਤ ਦੇ ਵਿੱਚ। ਭਾਰਤ ਦੇ ਵਿੱਚ ਆਪਾਂ ਨੂੰ ਪਤਾ ਕਿ ਉੱਥੇ ਵੀ ਇਸ ਸਾਲ ਵਿੱਚ ਚੋਣਾਂ ਹੋਈਆਂ ਸਨ ਔਰ ਚੋਣਾਂ ਦੇ ਵਿੱਚ ਲੋਕਾਂ ਦੀਆਂ ਕਿਆਸ ਰਾਈਆਂ ਤੋਂ ਉਲਟ ਮੋਦੀ ਨੇ ਫਿਰ ਉੱਥੇ ਜਿਹੜਾ ਆਪਣੇ ਹੰਭਲਾ ਮਾਰ ਕੇ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਪ੍ਰਾਪਤ ਕੀਤੀਆਂ ਸਨ। ਮੋਦੀ ਦੀ NDA ਦੀ ਸਰਕਾਰ ਬਣੀ ਸੀ ਔਰ ਕਾਂਗਰਸ ਦੀ ਜੋ ਪੁਜੀਸ਼ਨ ਹੈ ਪਹਿਲਾਂ ਨਾਲੋਂ ਰੀਨਕ ਬਿਹਤਰ ਹੋਈ ਸੀ ਪਰ ਉਹ ਆਪਣੇ ਆਸ ਮੁਤਾਬਕ ਸੀਟਾਂ ਨਹੀਂ ਲੈ ਸਕੇ ਔਰ ਮੋਦੀ ਨੇ ਆਉਂਦਿਆਂ ਹੀ ਜਿਹੜੇ ਆਪਣੇ ਘੋਸ਼ਣਾ ਪੱਤਰ ਦੇ ਵਿੱਚ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਉਹਨਾਂ ਨੂੰ ਲਾਗੂ ਕਰਨ ਵਾਸਤੇ ਆਉਂਦਿਆਂ ਹੀ ਆਪਣੇ ਜਿਹੜੇ ਆ ਯਤਨ ਸ਼ੁਰੂ ਕਰ ਦਿੱਤੇ ਸਨ। ਮੋਦੀ ਨੇ ਧਾਰਾ 370 ਕਸ਼ਮੀਰ ਦੀ ਜਿਹੜੀ ਆ ਉਸਨੂੰ ਖਤਮ ਕਰਨ ਦੀ ਗੱਲ ਕੀਤੀ ਅਤੇ ਨਾਲ ਹੀ 3 ਤਲਾਕ ਦਾ ਜਿਹੜਾ ਸੀ ਮੁਸਲਮਾਨ ਔਰਤਾਂ ਲਈ ਬਿੱਲ ਉਹ ਵੀ ਜਿਹੜਾ ਪਾਸ ਕਰਾਇਆ। ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ 550 ਬਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦਾ ਨਿਕਲਿਆ ਉਸ ਵੇਲੇ ਜਿਹੜਾ ਪਿਛਲੇ ਸਾਲ ਦੇ ਵਿੱਚ ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਉਸ ਦਾ ਉਦਘਾਟਨ ਵੀ ਮੋਦੀ ਨੇ ਇਸ ਸਾਲ ਦੇ ਵਿੱਚ ਜਿਹੜਾ ਕੀਤਾ। ਮੋਦੀ ਨੇ ਅਤੇ ਭਾਰਤ ਦੇ ਰਾਸ਼ਟਰਪਤੀ ਨੇ 550 ਸਾਲਾ ਪ੍ਰਕਾਸ਼ ਉਤਸਵ ਦੇ ਉੱਪਰ ਜਾ ਕੇ ਆਪ ਉੱਥੇ ਹਾਜ਼ਰੀ ਲਵਾਈ ਔਰ ਸਿੱਖ ਕੌਮ ਦੇ ਵਿੱਚ ਪ੍ਰਸ਼ੰਸਾ ਦੇ ਜਿਹੜੇ ਆ ਪਾਤਰ ਬਣੇ। ਆਪਾਂ ਲੈ ਲਈਏ ਇੱਕ ਬ੍ਰੇਕ ਤੋਂ ਬਾਅਦ ਆਪ ਜੀ ਨੂੰ ਫਿਰ ਮਿਲਦੇ ਹਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮੋਦੀ ਨੇ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਹੋਣ ਕਰਕੇ, ਬੇਸ਼ੱਕ ਰਾਜ ਸਭਾ ਦੇ ਵਿੱਚ ਇਸ ਕੋ ਮੈਜੋਰਟੀ ਨਹੀਂ ਹੈ, ਪਰ ਫਿਰ ਵੀ ਇਹ ਪੂਰੇ ਜਿਹੜੇ ਆ ਚੈਲੇਂਜ ਸਮਝ ਕੇ ਆਪਣੇ ਆਪ ਨੂੰ ਉਹਨਾਂ ਬਿੱਲਾਂ ਨੂੰ ਲਿਆਉਂਦਾ ਹੈ ਜਿਹੜੇ ਕਿ ਪਾਸ ਵੀ ਹੁੰਦੇ ਨੇ। ਲੋਕ ਸਭਾ ਦੇ ਵਿੱਚ ਇਸ ਨੂੰ ਕੋਈ ਸਮੱਸਿਆ ਨਹੀਂ, ਰਾਜ ਸਭਾ ਦੇ ਵਿੱਚ ਇਹ ਹੋਰਨਾਂ ਪਾਰਟੀਆਂ ਤੋਂ ਕੁਛ MPs ਇੱਧਰ ਉੱਧਰ ਕਰਕੇ ਇਹ ਆਪਣੇ ਨਾਲ ਲੈ ਲੈਂਦੇ ਨੇ। ਇਸ ਕਰਕੇ ਜਿਹੜੇ ਸਾਰੇ ਬਿੱਲ ਆ ਧੜਾ ਧੜ ਉੱਥੇ ਪਾਸ ਹੋ ਰਹੇ ਨੇ। ਜਿਹੜਾ ਸਭ ਤੋਂ ਵੱਡਾ ਇਸ ਨੇ ਨਾਗਰਿਕਤਾ ਦਾ ਬਿੱਲ ਪਹਿਲਾਂ ਪਾਸ ਕੀਤਾ ਸੀ ਜਿਸ ਨੂੰ ਆਪਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆਖਦੇ ਹਾਂ। ਉਸ ਦੇ ਮੁਤਾਬਕ ਬਈ ਜਿਹੜੇ ਲੋਕ ਉੱਥੇ ਸ਼ਰਨਾਰਥੀ ਆ ਕੇ ਬੈਠੇ ਨੇ ਬਾਹਰਲੇ ਦੇਸ਼ਾਂ ਤੋਂ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ 'ਚੋਂ, ਉਹਨਾਂ ਨੂੰ ਪੱਕਿਆ ਕਰ ਦਿੱਤਾ ਜਾਵੇ, ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇ। ਜਿਵੇਂ ਆਪਣੇ ਲੋਕ ਇੱਥੇ ਬਹੁਤ ਸਾਰੇ ਗੈਰ ਕਾਨੂੰਨੀ ਬੈਠੇ ਸਨ, ਪਰ ਸ਼ਰਤ ਇਹ ਸੀ ਕਿ ਇਹ ਉਹਨਾਂ ਦੇ ਵਿੱਚ 6 ਧਰਮ ਰੱਖੇ ਨੇ, ਹਿੰਦੂ, ਸਿੱਖ, ਜੈਨੀ, ਪਾਰਸੀ, ਈਸਾਈ, ਬੋਧੀ, ਇਹਨਾਂ 6 ਧਰਮਾਂ ਨੂੰ, ਮੁਸਲਮਾਨਾਂ ਨੂੰ ਇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਔਰ ਵਿਰੋਧੀ ਪਾਰਟੀ ਵੱਲੋਂ ਇਸ ਦੇ ਉੱਪਰ ਕਾਫੀ ਜਿਹੜਾ ਲੋਕਾਂ ਨੂੰ ਆਪਾਂ ਕਹਿ ਲਈਏ ਇਸ ਤਰ੍ਹਾਂ ਦੀਆਂ ਖਬਰਾਂ, ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਕਿ ਜੋ ਇੱਥੇ ਦੇ ਮੁਸਲਮਾਨ ਨੇ ਉਹਨਾਂ ਨੂੰ ਕੱਢਿਆ ਜਾਵੇਗਾ ਜਾਂ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਜਿਹੜਾ ਰੱਖਿਆ ਜਾਵੇਗਾ। ਇਸ ਦੇ ਨਾਲ ਬੜੇ ਦੰਗੇ ਵੀ ਹੋਏ ਨੇ ਪਿਛਲੇ 10 ਦਿਨਾਂ ਤੋਂ, ਜਿਹੜਾ ਆ ਬੜਾ ਵੱਡਾ ਪਰਥੂ ਪਿਆ ਹੋਇਆ ਨੇ। ਸਿੱਖ ਕੌਮ ਨੂੰ ਤਾਂ ਇਹ ਸਭ ਤੋਂ ਵੱਡਾ ਫਾਇਦਾ ਹੋਇਆ ਕਿ ਇੰਡੀਅਨ ਦੇ ਕਾਨਸਟੀਟਿਊਸ਼ਨ ਮੁਤਾਬਕ ਸੰਵਿਧਾਨ ਦੇ ਤੌਰ 'ਤੇ ਮੰਨ ਲਿਆ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਹੈਗੀ ਆ। ਇਸ ਦੇ ਵਿੱਚ ਤਦੇ ਸਿੱਖਾਂ ਦਾ ਨਾਮ ਜਿਹੜਾ ਵਿੱਚ ਸ਼ਾਮਿਲ ਕੀਤਾ ਗਿਆ। ਆਪਾਂ ਨੂੰ ਪਤਾ ਬਹੁਤ ਅਫਗਾਨੀ ਸਿੱਖ ਜਿਹੜੇ ਆ ਜਾਂ ਪਾਕਿਸਤਾਨ ਦੇ ਵਿੱਚੋਂ ਸਿੱਖ ਆ
ਉਹ ਭਾਰਤ ਵਿੱਚ ਆ ਕੇ ਵੱਸਦੇ ਸਨ। ਸਭ ਤੋਂ ਵੱਡਾ ਜਿਹੜਾ ਇੱਥੇ ਰੌਲਾ ਅਸਾਮ ਵੱਲੋਂ ਪਿਆ ਸੀ, ਕਿਉਂ ਅਸਾਮ ਦੇ ਬਾਰਡਰ ਬੰਗਲਾਦੇਸ਼ 'ਚੋਂ ਬਹੁਤ ਸਾਰੇ ਮੁਸਲਮਾਨ ਉੱਥੇ ਗੈਰ ਕਾਨੂੰਨੀ ਤੌਰ 'ਤੇ ਆ ਕੇ ਰਹਿ ਰਹੇ ਸਨ, ਹਿੰਦੂ ਵੀ ਰਹਿ ਰਹੇ ਨੇ। ਉਹਨਾਂ ਦਾ ਆਖਣਾ ਸੀ ਕਿ ਅਗਰ ਇਹ ਪੱਕੇ ਹੋ ਜਾਂਦੇ ਨੇ ਤਾਂ ਸਾਡੀਆਂ ਜਿਹੜੀਆਂ ਜੌਬਾਂ ਆ ਉਹ ਖਤਮ ਹੁੰਦੀਆਂ ਨੇ, ਇਹ ਲੋਕ ਸਾਡੀਆਂ ਜੌਬਾਂ ਲੈ ਸਕਦੇ ਸਨ। ਪਰ ਇਸ ਦੇ ਉਲਟ ਦੂਸਰੇ ਰਾਜਾਂ ਦੇ ਵਿੱਚ ਇਹ ਹੋਇਆ ਕਿ ਇਸ ਦੇ ਵਿੱਚ ਮੁਸਲਮਾਨਾਂ ਨੂੰ ਕਿਉਂ ਨਹੀਂ, ਹਾਂ ਉਹਨਾਂ ਦਾ ਨਾਮ ਦਰਜ ਕਿਉਂ ਨਹੀਂ ਕੀਤਾ ਗਿਆ, ਕਿਉਂਕਿ ਭਾਰਤ ਦੇ ਆਖਣਾ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਜੋ ਅਫਗਾਨਿਸਤਾਨ ਇਸਲਾਮਿਕ ਕੰਟਰੀ ਨੇ, ਮਜੋਰਟੀ ਉਹਨਾਂ ਦੀ ਮੁਸਲਿਮ ਇਸਲਾਮ ਧਰਮ ਹੈ, ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉਹ ਸ਼ਰਨ ਲੈਣ। ਅਗਰ ਉਹਨੇ ਇਹ ਸ਼ਰਨ ਲੈਣੀ ਹੈ ਤਾਂ ਹੋਰ ਬਹੁਤ ਸਾਰੇ ਮੁਸਲਿਮ ਕੰਟਰੀਜ਼ ਨੇ, ਉੱਥੇ ਜਾ ਕੇ ਇਹ ਸ਼ਰਨ ਲੈ ਸਕਦੇ ਆ। ਪਰ ਅਗਰ ਕਿਸੇ ਨੂੰ ਕੋਈ ਵੱਡੀ ਜਿਹੜੀ ਰਾਜਨੀਤਿਕ ਸਮੱਸਿਆ ਆਉਂਦੀ ਹੈਗੀ ਆ ਤਾਂ ਉਹ ਭਾਰਤ ਵਿੱਚ ਆ ਸਕਦੇ ਨੇ, ਪਰ ਉਹਨਾਂ ਨੂੰ ਕਦੀ ਸਿਟੀਜ਼ਨਸ਼ਿਪ ਜਿਹੜੀ ਨਹੀਂ ਮਿਲੇਗੀ। ਪਰ ਇੱਕ ਫਿਰਕਾ ਮੁਸਲਮਾਨ ਦਾ ਅਹਿਮੀਅਤ ਮੁਸਲਮਾਨਾਂ ਦਾ ਵੀ ਹੈ, ਜਿਸ 'ਤੇ ਅਕਾਲੀ ਦਲ ਨੇ ਮੰਗ ਕੀਤੀ ਕਿ ਜਿਹੜੇ ਅਹਿਮੀਅਤ ਨੇ ਇਹਨਾਂ ਨੂੰ, ਅਹਿਮਦੀਆਂ ਨੂੰ ਜ਼ਰੂਰ ਜਿਹੜਾ ਆ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਜਾਵੇ। ਅਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾਵੇ ਨੇ ਵੀ ਇਹ ਭਾਰਤ ਸਰਕਾਰ ਕੋਲੋਂ ਜਿਹੜੀ ਮੰਗ ਕੀਤੀ ਹੈਗੀ ਆ। ਹੁਣ ਜਿਹੜੀ ਅਗਲੀ ਗੱਲ ਹੈ, ਕਿਉਂਕਿ ਮਰਦਮਸ਼ੁਮਾਰੀ 2021 ਦੇ ਵਿੱਚ ਭਾਰਤ ਦੀ ਹੋਣੀ ਹੈਗੀ ਆ, ਉਸ ਦੇ ਵਿੱਚ ਨੈਸ਼ਨਲ ਰਜਿਸਟਰ ਸਿਟੀਜ਼ਨ ਇਹ ਜਿਹੜਾ ਆ ਇਹ ਬਿੱਲ ਵੀ ਜਿਹੜਾ ਪਾਸ ਕਰਕੇ ਲਾਗੂ ਹੋਣ ਦੀ ਗੱਲ ਕੀਤੀ ਹੈਗੀ ਆ। ਇਸ ਦੇ ਨਾਲ ਇਹ ਹੈ ਕਿ NRC ਦੇ ਵਿੱਚ ਬਈ ਭਾਰਤ ਦੇ ਸਾਰੀ ਜਿਹੜੀ ਮਰਦਮਸ਼ੁਮਾਰੀ ਲੋਕਾਂ ਦੀ ਹੋਵੇਗੀ, ਆਪਾਂ ਨੂੰ ਪਤਾ ਕਿ 10 ਸਾਲ ਬਾਅਦ ਹੁੰਦੀ ਹੈ। ਇਸ ਦੇ ਉੱਪਰ ਹੁਣ ਨਵਾਂ ਹੋਰ ਬੰਬ ਰੋਲਾ ਜਿਹੜਾ ਪਿਆ ਹੈਗਾ, ਇਸ ਦੇ ਵਿੱਚ ਹਰ ਇੱਕ ਨੂੰ ਆਪਣਾ ਜਿਹੜਾ ਆ ਪਤਾ ਥਾ ਉਹ ਦੱਸਣਾ ਪਏਗਾ, ਨਾਮ ਦੱਸਣਾ ਪਏਗਾ, ਬੋਲੀ ਦੱਸਣੀ ਪਏਗੀ, ਘਰ ਦੱਸਣਾ ਪਏਗਾ, ਸਾਰਾ ਜਿਹੜੇ ਆਪਣਾ ਵੇਰਵਾ ਇਸ ਦੇ ਵਿੱਚ ਦੇਣਾ ਪਏਗਾ। ਅਤੇ ਨਾਲ ਹੀ ਇਸ ਦੇ ਵਿੱਚ ਇਹ ਆਖਿਆ ਕਿ ਕੋਈ ਐਵੀਡੈਂਸ ਦੀ ਲੋੜ ਨਹੀਂ, ਪ੍ਰਮਾਣ ਪੱਤਰ ਦੇਣ ਦੀ ਲੋੜ ਨਹੀਂ, ਸਿਰਫ ਜੋ ਤੁਸੀਂ ਦੱਸੋਗੇ ਉਸ ਨੂੰ ਸਹੀ ਮੰਨ ਲਿਆ ਜਾਵੇਗਾ। ਅਗਰ ਕਿਸੇ ਨੇ ਪੜਤਾਲ ਕਰਾਈ ਤਾਂ ਗਲਤ ਹੋਇਆ ਤਾਂ ਉਸ ਸੰਬੰਧੀ ਜਿਹੜੀਆਂ ਸਜ਼ਾਵਾਂ ਵੀ ਜਿਹੜੀਆਂ ਲਿਖੀਆਂ ਗਈਆਂ ਨੇ। ਇਸ ਦੇ ਉੱਪਰ ਵੀ ਜਿਹੜਾ ਵਿਰੋਧੀਆਂ ਹੁਣ ਫਿਰ ਰੌਲਾ ਪਾਉਣਾ ਸ਼ੁਰੂ ਕੀਤਾ ਹੈ। ਜਿਹੜਾ NRC ਹੈ, ਨੈਸ਼ਨਲ ਰਜਿਸਟਰ ਸਿਟੀਜ਼ਨ, ਇਹ ਜਿਹੜਾ ਅਸਲ 'ਚ ਕਾਂਗਰਸ ਸਰਕਾਰ ਨੇ ਹੀ ਸ਼ੁਰੂ ਕੀਤਾ ਸੀ। ਇਹ ਯੋਜਨਾ ਤਾਂ ਅਟਲ ਬਿਹਾਰੀ ਵਾਜਪਾਈ ਦੀ ਸੀ, ਪਰ ਕਾਂਗਰਸ ਨੇ ਡਾਕਟਰ ਮਨਮੋਹਨ ਸਿੰਘ ਹੋਣੀ 2010 ਦੇ ਵਿੱਚ ਇਸ ਨੂੰ ਕੁਛ ਹਲਕਿਆਂ ਦੇ ਵਿੱਚ, ਇਲਾਕਿਆਂ ਦੇ ਵਿੱਚ ਇੱਕ ਤਜਰਬੇ ਦੇ ਤੌਰ 'ਤੇ ਲਾਗੂ ਕੀਤਾ ਗਿਆ ਸੀ ਔਰ ਬਾਅਦ ਵਿੱਚ ਕਿਹਾ ਗਿਆ ਸੀ ਕਿ ਇਹ ਚੱਲਦਾ ਰਹੇਗਾ। ਅਤੇ 2014 ਦੇ ਵਿੱਚ ਮੋਦੀ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਅਪਣਾ ਕੇ ਹੁਣ ਇਸ ਵੇਲੇ ਇਹ ਲਾਗੂ ਕੀਤਾ ਹੈਗਾ, ਤਾਂ ਕਿ ਹਰੇਕ ਇੰਡੀਆ ਦੇ ਵਿੱਚ ਜੋ ਵੱਸਦਾ ਹੈ ਉਸਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੌਣ ਹੈ ਔਰ ਕਿੱਥੇ। ਆਪਾਂ ਪਿੰਡਾਂ ਵਿੱਚ ਜਾਂਦੇ ਕਿ ਆਪਾਂ ਜਦੋਂ ਦੇਖਦੇ ਹਾਂ ਕਿ ਸਾਡੀਆਂ ਮਕਾਨਾਂ ਵਿੱਚ ਕੌਣ ਬੈਠਾ ਹੈ, ਕਿੱਥੋਂ ਆਇਆ ਹੈ, ਬਾਹਰੋਂ ਆ, ਕੋਈ ਕਹਿੰਦਾ ਬਿਹਾਰੀ ਹੈ, ਕੋਈ ਕਹਿੰਦਾ ਪਤਾ ਨਹੀਂ ਕਿੱਥੋਂ ਹੈ। ਸੋ ਇਸ ਦੇ ਨਾਲ ਜਾਣਕਾਰੀ ਰਹੇਗੀ ਕਿ ਸਾਡੇ ਪਿੰਡ ਦੇ ਵਿੱਚ ਕਿਹੜੇ ਲੋਕ ਰਹਿ ਰਹੇ ਨੇ, ਉਹਨਾਂ ਦਾ ਕੰਮ ਕਿੱਤਾ ਕੀ ਹੈ, ਉਹਨਾਂ ਦੇ ਬੱਚੇ ਕੀ ਨੇ, ਅਤੇ ਸਾਰੀ ਜਿਹੜੀ ਜਾਣਕਾਰੀ ਉੱਥੇ ਜਿਹੜੀ ਉਸ ਦੇ ਵਿੱਚ ਜੋ NRC ਹੈ ਉਸ ਦੇ ਵਿੱਚ ਦਿੱਤੀ ਜਾਵੇਗੀ। ਇਸ ਮਰਦਮਸ਼ੁਮਾਰੀ ਦੇ ਵਿੱਚ 8754 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਅਤੇ ਇਹ ਜਿਹੜੀ ਆ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਕੇ ਸਤੰਬਰ ਤੱਕ ਜਿਹੜੀ ਇਹ ਖਤਮ ਜਿਹੜੀ ਹੋ ਜਾਣੀ ਹੈਗੀ ਆ। ਅਤੇ ਇਹਨਾਂ ਦੇ ਵਿੱਚ ਆਮ ਲੋਕਾਂ ਨੂੰ ਫਾਇਦਾ ਹੈ, ਕਿਉਂਕਿ ਜਿਹੜੇ ਲੋਕ ਸਹੀ ਨੇ ਉਹਨਾਂ ਦੀ ਜਾਣ ਪਛਾਣ, ਕੰਮਾਂ ਕਾਰਾਂ ਲਈ ਜੇ ਕੋਈ ਲੋਨ ਲੈਣੇ ਨੇ ਜਾਂ ਹੋਰ ਚੀਜ਼ਾਂ ਨੇ, ਇਹ ਸਾਰੀ ਜਾਣਕਾਰੀ ਜਿਹੜੀ ਉਹਨਾਂ ਦੀ ਮਰਦਮਸ਼ੁਮਾਰੀ ਵਿੱਚ ਆਵੇਗੀ, ਤਾਂ ਇਸ ਦੇ ਨਾਲ ਉਹਨਾਂ ਨੂੰ ਪੂਰਾ ਜਿਹੜਾ ਇਹ ਫਾਇਦਾ ਹੋਵੇਗਾ। ਅਤੇ ਮੋਦੀ ਦੇ ਮੰਤਰੀ ਮੰਡਲ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ ਡਿਫੈਂਸ ਸੰਬੰਧੀ, ਉਹ ਇਹ ਹੈ ਕਿ ਇੰਡੀਆ ਦੀ ਆਪਾਂ ਨੂੰ ਪਤਾ ਕਿ 3 ਵੱਡੀਆਂ ਸੈਨਾਵਾਂ ਨੇ, ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ, ਇਹਨਾਂ ਦੇ 3 ਆਪਣੇ ਮੁਖੀ ਨੇ। ਪਰ ਇਹਨਾਂ 3 ਦੇ ਆਪਸ ਵਿੱਚ ਕੋਈ ਰਿਲੇਸ਼ਨ ਇੰਨਾ ਇਕੱਠਾ ਨਹੀਂ ਹੁੰਦਾ ਸੀ, ਮੀਟਿੰਗਾਂ ਉਹ ਸਿਰਫ ਡਿਫੈਂਸ ਮਿਨਿਸਟਰੀ ਰਾਹੀਂ ਹੁੰਦੀਆਂ ਸਨ। ਅਤੇ ਇਸ ਨੇ ਇੱਕ ਵੱਡਾ ਫੈਸਲਾ ਲੈਂਦਾ ਹੋਇਆ 3 ਦੇ ਉੱਪਰ ਇੱਕ 4-17 ਅਫਸਰ ਜਿਹੜਾ ਹੋਰ ਅਪੁਆਇੰਟ ਕਰਨ ਦੀ ਇਹ ਗੱਲ ਕੀਤੀ ਹੈਗੀ ਆ। ਉਹ ਇਹਨਾਂ 3 ਸੈਨਾਵਾਂ ਦਾ ਜਿਹੜਾ ਉਹ ਮੁਖੀ ਹੋਵੇਗਾ, ਅਤੇ 3 ਜਿਹੜੇ ਇਹ ਮੁਖੀ ਹੋਣਗੇ ਇਹਨਾਂ ਸੈਨਾਵਾਂ ਦੇ ਇਸ ਦੇ ਥੱਲੇ ਹੋਣਗੇ ਔਰ ਇਸ ਦੇ ਨਾਲ ਗੱਲਾਂ ਬਾਤਾਂ ਕਰਕੇ ਆਪਣੇ ਜਿਹੜੇ ਮਸਲੇ ਹੱਲ ਕਰਨ ਦੀ ਗੱਲ ਜਿਹੜੀ ਆ ਉਹ ਕਰਿਆ ਕਰਨਗੇ। ਅਤੇ 2019 ਦਾ ਜੋ ਵਰ੍ਹਾ ਹੈ ਸਿੱਖ ਕੌਮ ਲਈ ਕਿਹੋ ਜਿਹਾ ਰਿਹਾ, ਕਿਉਂਕਿ ਸਿੱਖ ਕੌਮ ਲਈ ਇਹ ਬੜਾ ਉਤਰਾ ਪੜਾਅ ਵਾਲਾ, ਚੜਾਅ ਵਾਲਾ ਇਹ ਵਰ੍ਹਾ ਰਿਹਾ ਹੈਗਾ, ਪਰ ਬਹੁਤ ਸਾਰੇ ਚੰਗੇ ਕੰਮ ਇਸ ਵਰ੍ਹੇ ਵਿੱਚ ਹੋਏ ਨੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਕਿ ਜੋ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਸਨ, ਉਹ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਧਿਆਨ ਸਿੰਘ ਮੰਡ,
ਇਹ ਅਲੱਗ ਥਲੱਗ ਹੋ ਗਏ ਔਰ ਜੋ ਇਹਨਾਂ ਨੇ ਬੇਅਦਬੀਆਂ ਦਾ ਬੀੜਾ ਚੱਕਿਆ ਸੀ ਵੀ ਇਸ ਦੇ ਜੋ ਦੋਸ਼ੀ ਨੇ ਸਜ਼ਾਵਾਂ ਦਿੱਤੀਆਂ ਜਾਣਗੇ ਉਹਨਾਂ ਨੂੰ ਲੱਭਣ ਵਿੱਚ ਸਜ਼ਾਵਾਂ ਦਿਵਾਉਣ ਦੇ ਵਿੱਚ ਫੇਲ ਹੋਏ ਅਤੇ ਲੋਕਾਂ ਦੀਆਂ ਇਹ ਜੋ ਇਹਨਾਂ ਨੂੰ ਲੀਡਰ ਮੰਨਦੇ ਸਨ ਜਥੇਦਾਰ ਮੰਨਦੇ ਸਨ ਉਹਨਾਂ ਦੀਆਂ ਇਛਾਵਾਂ 'ਤੇ ਨਹੀਂ ਉਤਰੇ ਅਤੇ ਇਹਨਾਂ ਦਾ ਜਿਹੜਾ ਆ ਇਸ ਸਾਲ ਦੇ ਵਿੱਚ ਜਿਹੜਾ ਆ ਉਹ ਬਹੁਤਾ ਪੁੱਛਗਿੱਛ ਨਹੀਂ ਹੋਈ ਹੈਗੀ ਅਤੇ ਸੰਗਤਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਿਰਦਾਰ ਆ ਅੱਗੇ ਨਾਲੋਂ ਜਿਹੜਾ ਘਟਿਆ ਹੈਗਾ ਤਾਂ ਇਸੇ ਤਰ੍ਹਾਂ ਪੰਜਾਂ ਵਰ੍ਹਿਆਂ ਤੋਂ ਜੋ ਛਿਆਂ ਵਰ੍ਹਿਆਂ ਚੱਲਦੀ ਆ ਰਹੀ ਸੀ ਬੇਅਦਬੀਆਂ ਦੀ ਸਜ਼ਾ ਕਮਿਸ਼ਨ ਬੈਠੇ ਸਾਰਾ ਕੁਛ ਹੋਇਆ ਉਸ ਦੇ ਉੱਪਰ ਕੈਪਟਨ ਸਰਕਾਰ ਨੂੰ ਵੀ ਲੋਕਾਂ ਨੇ ਜਿਹੜਾ ਆ ਕਾਫੀ ਝਾੜਾਂ ਪਾਈਆਂ ਨੇ ਵੀ ਇਹ ਜਿਹੜਾ ਤੇਰੀ ਸਰਕਾਰ ਤੋਂ ਨਹੀਂ ਹੋਇਆ ਜਿਹੜਾ ਕਿ ਤੂੰ ਵਾਅਦਾ ਕੀਤਾ ਸੀ ਅਤੇ ਇਸੇ ਤਰ੍ਹਾਂ ਭਾਰਤੀ ਪਾਰਲੀਮੈਂਟ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਨੇ ਆਪਣਾ ਜਿਹੜਾ ਸਥਾਨ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਮਜ਼ਬੂਤ ਕੀਤਾ ਹੈਗਾ ਦੂਜੇ ਨੰਬਰ 'ਤੇ ਪਾਰਟੀ ਰਹੀ ਹੈ ਕਾਂਗਰਸ ਦਾ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ ਦਾ ਜਿਹੜਾ ਮੁਕਾਬਲਾ ਕਾਂਗਰਸ ਨਾਲ ਹੋਇਆ ਹੈਗਾ ਆਮ ਆਦਮੀ ਪਾਰਟੀ ਕਾਫੀ ਜਿਹੜੀ ਪਿਛੜ ਗਈ ਸੀ ਭਗਵੰਤ ਮਾਨ ਹੀ ਇੱਕ ਸੀਟ ਜਿੱਤ ਸਕਿਆ ਔਰ ਸਭ ਤੋਂ ਵੱਡੀ ਗੱਲ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਨ ਕੌਰ ਬਾਦਲ ਦੋਨੇ ਹੀ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਤੋਂ ਸ਼ਾਨਦਾਰ ਜਿਹੜੀ ਜਿੱਤ ਕਰਕੇ ਇਹ ਸਾਬਤ ਕੀਤਾ ਹੈ ਕਿ ਅਕਾਲੀ ਦਲ ਹੀ ਅਗਲੇ ਦੋਵਾਂ ਸਾਲਾਂ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਵਿਰੋਧੀ ਪਾਰਟੀ ਦੇ ਤੌਰ 'ਤੇ ਜਿਹੜੀ ਆ ਉਹ ਚੋਣਾਂ ਲੜੇਗੀ ਨਾਲ ਹੀ ਇਸ ਵਰ੍ਹੇ ਦੀ ਸਭ ਤੋਂ ਵੱਡੀ ਖਬਰ ਸੀ ਕਰਤਾਰਪੁਰ ਲਾਂਘੇ ਦੀ ਕਰਤਾਰਪੁਰ ਦਾ ਲਾਂਘਾ ਆਪਾਂ ਨੂੰ ਪਤਾ ਕਿ ਇੱਕ ਦੁਨੀਆ ਦੇ ਉੱਪਰ ਨਕਸ਼ੇ ਦੇ ਉੱਪਰ ਇੱਕ ਅਜਿਹੀ ਚੀਜ਼ ਸਿੱਖ ਕੌਮ ਲਈ ਖੁਸ਼ੀਆਂ ਲੈ ਕੇ ਆਇਆ ਸੀ ਜੋ ਆਪਾਂ ਰੋਜ਼ ਅਰਦਾਸਾਂ ਵੀ ਕਰਦੇ ਹਾਂ ਕਿ ਪਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਦਾ ਸਾਨੂੰ ਬਲ ਬਖਸ਼ਿਆ ਜਾਵੇ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੋਦੀ ਦੇ ਅਹਿਮ ਫੈਸਲਿਆਂ ਨੇ ਸਿੱਖ ਕੌਮ ਨੂੰ ਇਹ ਇੱਕ ਨਵਾਂ ਤੋਹਫ਼ਾ ਦਿੱਤਾ ਸੀ ਹਰ ਰੋਜ਼ ਜਿਹੜੇ ਆ ਸ਼ਰਧਾਲੂ ਉੱਥੇ 9 ਨਵੰਬਰ ਤੋਂ ਜਾ ਰਹੇ ਨੇ ਔਰ ਕੁਲਦੀਪ ਸਿੰਘ ਬਡਾਲਾ ਨੇ ਇਹ ਸੁਪਨਾ ਕਿਤੇ ਲਿਆ ਸੀ ਅਤੇ ਸ਼ੁਰੂ ਕੀਤਾ ਸੀ ਕਾਰਜ ਬਹੁਤ ਵਾਰੇ ਪਹਿਲਾਂ ਕਿ ਜਿਹੜਾ ਉੱਥੇ ਅਰਦਾਸ ਕੀਤੀ ਜਾਂਦੀ ਸੀ ਬਈ ਇਹ ਜਿਹੜਾ ਲਾਂਘਾ ਖੁੱਲ੍ਹਿਆ ਜਾਵੇ ਅਤੇ ਇਸ ਦੇ ਉੱਪਰ ਕੁਲਦੀਪ ਸਿੰਘ ਬਡਾਲਾ ਦੇ ਲੜਕੇ ਬਡਾਲਾ MLA ਸਾਹਿਬ ਉਹ ਵੀ ਅੱਜ ਜਥਾ 26 ਤਰੀਕ ਨੂੰ ਉੱਥੇ ਲੈ ਕੇ ਗਏ ਹੋਏ ਨੇ ਕਰਤਾਰਪੁਰ ਬੜਾ ਵੱਡਾ ਜਥਾ ਆਉਣੀ ਸੰਗਤਾਂ ਦਾ ਜਲੰਧਰ ਜ਼ਿਲ੍ਹੇ ਵਿੱਚੋਂ ਖੜਿਆ ਹੈ ਗੁਰਪ੍ਰਤਾਪ ਸਿੰਘ ਬਡਾਲਾ ਦੇ ਕਹਿਣ ਮੁਤਾਬਕ ਕੋਸ਼ਿਸ਼ ਸੀ ਕਿ ਬਡਾਲਾ ਸਾਹਿਬ ਦੀ ਜੋ ਗੱਲ ਉਹਨਾਂ ਨੇ ਕਹੀ ਸੀ ਉਹ ਅਸੀਂ ਉਸਦੇ ਉੱਪਰ ਫੁੱਲ ਚੜ੍ਹਾਈਏ ਅਤੇ ਇਹ ਜਿਹੜਾ ਜਥਾ ਅਸੀਂ ਲੈ ਕੇ ਗਏ ਹੈਗੇ ਹਾਂ ਇਸੇ ਤਰ੍ਹਾਂ ਆਪਾਂ ਜੋ ਬਾਹਰੋਂ ਵੀ ਜਾਂਦੇ ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂ ਭਾਰਤ ਰਾਹੀਂ ਜਾਂ ਸਿੱਧੇ ਜ਼ਰੂਰ ਕੋਸ਼ਿਸ਼ ਕਰੀਏ ਕਿ ਆਪਣੇ ਗੁਰਧਾਮਾਂ ਦੇ ਦਰਸ਼ਨ ਜਿਹੜੇ ਆਪਾਂ ਕਰਦੇ ਰਹੀਏ ਨਾਲ ਹੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕੱਠਿਆਂ ਪ੍ਰੋਗਰਾਮ ਦੇਣ ਦੀ ਗੱਲ ਕੀਤੀ ਸੀ ਕਿ ਜਿੰਨੇ ਗੁਰਪੁਰਬ ਦੇ ਪ੍ਰਕਾਸ਼ ਇਕੱਠਿਆਂ ਮਨਾਏ ਜਾਣ ਪਰ ਸਰਕਾਰ ਅਤੇ SGPC ਨੇ ਇਸ ਗੱਲ ਦਾ ਬੜਾ ਅਸਰ ਨਹੀਂ ਹੋਇਆ ਔਰ ਵੱਖਰੇ ਜਿਹੜੇ ਪ੍ਰੋਗਰਾਮ ਇਸ ਬਾਰੇ ਮਨਾਏ ਗਏ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਭਾਈ ਬਲਵੰਤ ਸਿੰਘ ਰਾਜੋਵਾਲਾ ਅਤੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਜਿਹੜਾ ਕਿ 550 ਸਾਲਾਂ ਦੇ ਉੱਪਰ ਬਹੁਤ ਸਾਰੇ ਕੈਦੀਆਂ ਦੀ ਰਿਹਾਈ ਅਤੇ ਇਹਨਾਂ ਦੀ ਜਿਹੜੀ ਸਜ਼ਾ ਮੁਆਫੀ ਦੀ ਗੱਲ ਕੀਤੀ ਸੀ ਅਤੇ ਮੋਦੀ ਸਰਕਾਰ ਇਸ ਤੋਂ ਮੁੱਕਰਦੀ ਨਜ਼ਰ ਆ ਰਹੀ ਆ ਹਾਲੇ ਇਸ ਦੇ ਉੱਪਰ ਜਿਹੜਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਫਿਰ ਮੁੜ ਜਿਹੜਾ ਮੋਦੀ ਨਾਲ ਮੀਟਿੰਗਾਂ ਦਾ ਜਿਹੜਾ ਆਪਣੀ ਗੱਲਬਾਤ ਸ਼ੁਰੂ ਕਰਨ ਦਾ ਦੱਸਿਆ ਹੈਗਾ ਅਤੇ 2020 ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਦਿਵਸ ਆ ਰਿਹਾ ਇਸ ਦੇ ਉੱਪਰ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਡੀਆ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨਾਂ ਨੇ ਰਲ ਕੇ ਮਨਾਉਣ ਦੀ ਜਿਹੜੀ ਇਹ ਗੱਲ 2020 ਦੇ ਵਿੱਚ ਕੀਤੀ ਹੈ ਔਰ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਆਪਣਾ ਜਿਹੜਾ ਵੱਖਰਾ ਜਿਹੜਾ ਰੰਗ ਰੂਪ ਦਿਖਾਇਆ ਬੇਸ਼ੱਕ ਸਾਰੀ ਉਮਰ ਅਕਾਲੀ ਦਲ ਵੱਲੋਂ ਹੀ ਪ੍ਰਸ਼ਾਦੇ ਛਕਦੇ ਰਹੇ ਅਤੇ ਆਪਣੀਆਂ ਕੁਰਸੀਆਂ ਮਾਣਦੇ ਰਹੇ ਪਿਛਲੇ 25-30 ਸਾਲਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਇੱਕ ਵਾਰ ਹੀ ਜਿੱਤ ਸਕੇ ਸੀ ਪਰ ਉਹਨੇ ਹਰ ਤਰ੍ਹਾਂ ਦੀ ਕੁਰਸੀ ਦਾ ਆਨੰਦ ਮਾਣਿਆ ਉਹ ਵੀ ਅਕਾਲੀ ਦਲ ਨਾਲੋਂ ਥੋੜ੍ਹਾ ਵੱਖ ਹੋ ਗਿਆ ਟਕਸਾਲੀਆਂ ਦੇ ਨਾਲ ਰਲਣ ਦੀ ਗੱਲ ਕਰ ਰਹੇ ਨੇ ਮਨਜੀਤ ਸਿੰਘ ਦਿੱਲੀ ਜੋ GK ਸੀ ਅਕਾਲੀ ਦਲ ਨਾਲ ਉਹ ਵੀ ਟੁੱਟ ਕੇ ਵੱਖਰਾ ਸਰਨਾ ਦੇ ਨਾਲ ਜਾ ਕੇ ਗੱਲ ਵੱਖਰੀ ਪਾ ਰਿਹਾ ਸੋ ਇਹ ਸਿਆਸਤ ਸਿੱਖ ਸਿਆਸਤ ਦੇ ਜਿਹੜੇ ਬਦਲਦੇ ਰੰਗ ਹੈਗੇ ਆ ਉਹ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਹੋ ਰਹੇ ਨੇ ਕੈਪਟਨ ਦੀ ਆਪਣੀ ਸਰਕਾਰ ਦੇ ਬਹੁਤ ਸਾਰੇ ਜਿਹੜੇ ਆ MLA ਉਹ ਵੀ ਕੈਪਟਨ ਦੁਆਲੇ ਡੰਡਾ ਕੱਢੀ ਫਿਰਦੇ ਨੇ ਬੇਸ਼ੱਕ ਕੁਛ ਹੁਣ ਜਿਹੜੀਆਂ ਕੈਪਟਨ ਅੰਦਰ ਨੇ ਲੋਕਾਂ ਨੇ ਬਗਾਵਤ ਕੀਤੀ ਹੈ ਉਹਨਾਂ ਨੂੰ ਚੇਅਰਮੈਨੀਆਂ ਜਿਹੜੀਆਂ ਦਿੱਤੀਆਂ ਨੇ ਜਿਸ ਵਿੱਚ ਅਮਰੀਕ ਸਿੰਘ ਆਲੀਵਾਲ ਨੂੰ ਸ਼ੂਗਰ ਫੈਟ ਦਾ ਬਣਾਇਆ ਹੈ ਮਹਿੰਦਰ ਸਿੰਘ KP ਜਲੰਧਰ ਉਸ ਨੂੰ ਵੀ ਚੇਅਰਮੈਨ ਲਾਇਆ ਹੈਗਾ ਅਤੇ ਨਾਲ ਹੀ ਡਾਕਟਰ ਰਾਮ ਲਾਲ ਜੱਸੀ ਅਨੁਸੂਚਿਤ ਜਾਤੀਆਂ ਦਾ ਚੇਅਰਮੈਨ ਲਾ ਦਿੱਤਾ ਹੈਗਾ ਜਲੰਧਰ ਤੋਂ ਹੀ ਵਿਧਾਇਕ ਸ਼੍ਰੀ ਸੁਸ਼ੀਲ ਕੁਮਾਰ ਅਤੇ ਹੰਸਰਾਜ ਜੋਸ਼ਨ ਇਹਨਾਂ ਨੂੰ ਵੀ ਚੇਅਰਮੈਨੀਆਂ ਜਿਹੜੀਆਂ ਇਹ ਕੀਤੀਆਂ ਨੇ
ਇਸ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ ਨੇ ਕੁਛ ਆਪਣੇ ਦੇ ਨਾਲ ਸਪੈਸ਼ਲ ਡਿਊਟੀ ਅਫਸਰ OSD ਲਾਏ ਸਨ, ਜਿਸ ਦੇ ਵਿੱਚ ਰਾਜਾ ਬੜੈਂਗ ਅਤੇ ਹੋਰ ਲੋਕ ਸਨ। ਇਸ ਦੇ ਉੱਪਰ ਪੰਜਾਬ ਦੇ ਗਵਰਨਰ ਨੇ ਜਿਹੜਾ ਇਸ ਨੂੰ ਮੰਨਿਆ ਨਹੀਂ, ਤਾਂ ਇਹ ਬਿੱਲ ਜਿਹੜਾ ਪਾਸ ਕੀਤਾ ਸੀ ਵਿਧਾਨ ਸਭਾ 'ਚ, ਉਸ ਨੂੰ ਵਾਪਸ ਭੇਜ ਦਿੱਤਾ। ਆਖਿਆ ਵੀ ਇਹ ਗੱਲ ਨਹੀਂ ਬਣਦੀ। ਪਹਿਲਾਂ 13 ਸਵਾਲ ਦਿੱਤੇ ਨੇ ਕਿ ਦੱਸਿਆ ਜਾਵੇ ਕਿ ਇਹਨਾਂ ਨੂੰ ਕਿੰਨੀਆਂ ਤਨਖਾਹਾਂ, ਕਿੰਨਾ ਜਿਹੜਾ ਦਫ਼ਤਰ, ਕੀ ਸਹੂਲਤਾਂ ਮਿਲਣੀਆਂ, ਇਹਨੀ ਕੰਮ ਕੀ ਕਰਨਾ ਹੈ, ਕੈਪਟਨ ਕੋਲ ਪਹਿਲਾਂ ਹੀ ਇਤਨੇ ਸਰਕਾਰੀ ਸਲਾਹਕਾਰ ਨੇ, ਤਾਂ ਇਹਨਾਂ ਦੀ ਕੀ ਲੋੜ ਪਈ ਹੈ। ਸੋ ਉਹਨਾਂ ਦੀਆਂ ਜਿਹੜੀਆਂ ਕੁਰਸੀਆਂ ਚੇਅਰਮੈਨੀਆਂ ਜਿਹੜੀਆਂ ਉਹ ਖਤਰੇ ਦੇ ਵਿੱਚ ਪੈ ਗਈਆਂ ਨੇ। ਮਾਲਵੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੱਡਾ ਹਮਲਾ ਮਾਰ ਕੇ ਜਿਹੜਾ ਏਮਜ਼ ਦਾ ਹੋਸਪਿਟਲ ਆ, ਉਸ ਦਾ ਉਦਘਾਟਨ ਭਾਰਤ ਦੇ ਜਿਹੜੇ ਹੈਗੇ ਆ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ, ਉਹਨਾਂ ਵੱਲੋਂ ਕਰਵਾਇਆ ਹੈਗਾ। ਔਰ ਇਸ ਦੇ ਨਾਲ ਮਾਲਵੇ ਦੇ ਲੋਕਾਂ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਹੈਗੀ। ਨਾਲ ਹੀ ਫਿਰੋਜ਼ਪੁਰ ਦੇ ਵਿੱਚ PGI ਹੋਸਪਿਟਲ ਦੀ ਬ੍ਰਾਂਚ ਜਿਹੜੀ ਆ, ਉਸ ਨੂੰ ਵੀ ਛੇਤੀ ਖੋਲ੍ਹਣ ਦੀ ਗੱਲ ਜਿਹੜੀ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਇੱਕ ਵੱਡਾ ਹਮਲਾ ਮਾਰ ਕੇ ਮਾਲਵੇ, ਜਿਸ ਤਰ੍ਹਾਂ ਆਪਾਂ ਨੂੰ ਪਤਾ ਸੀ ਕਿ ਕੈਂਸਰ ਹੈ ਉਸ ਇਲਾਕੇ 'ਚ, ਕੈਂਸਰ ਦੀ ਟ੍ਰੇਨ ਜਾਂਦੀ ਹੈ ਬਠਿੰਡੇ ਨੂੰ, ਬਠਿੰਡੇ ਤੋਂ ਰਾਜਸਥਾਨ ਨੂੰ, ਇਹਨਾਂ ਸਾਰੀਆਂ ਚੀਜ਼ਾਂ 'ਤੇ ਕਾਬੂ ਪਾਉਣ ਵਾਸਤੇ ਇਹ ਜਿਹੜੇ ਸਾਰੇ ਇਹ ਯਤਨ ਕੀਤੇ ਗਏ ਹੈਗੇ ਨੇ। ਅਤੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਦੁਆਬੇ ਦੇ ਟਰੈਵਲ ਏਜੰਟਾਂ ਦੀ। ਬੜੇ ਕੇਸ ਦਰਜ ਹੁੰਦੇ ਨੇ ਪਰ ਸਰਕਾਰ ਉਸ ਦੇ ਉੱਪਰ ਕੋਈ ਐਕਸ਼ਨ ਨਹੀਂ ਲਈ ਰਿਹਾ। ਹਰ ਮਹੀਨੇ ਜਿਹੜੇ ਆ ਸਵਾਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜੇ ਕੇਸ ਦਰਜ ਹੁੰਦੇ ਨੇ, 1500 ਵੱਧ ਸ਼ਿਕਾਇਤਾਂ ਜਿਹੜੀਆਂ ਉੱਥੇ ਪਈਆਂ ਨੇ, ਜਿਨ੍ਹਾਂ ਦੇ ਉੱਪਰ ਕੋਈ ਜਿਹੜੀ ਕਾਰਵਾਈ ਨਹੀਂ ਹੋ ਰਹੀ। ਔਰ ਧੜਾ ਧੜ ਜਿਹੜੇ ਆ ਲੋਕਾਂ ਤੋਂ ਪੈਸੇ ਲੈ ਕੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਉਹਨਾਂ ਨੂੰ ਮਲੇਸ਼ੀਆ, ਰਸ਼ੀਆ, ਹੋਰਨਾਂ ਦੇਸ਼ਾਂ ਰਾਹੀਂ ਜਾਂ ਅਮਰੀਕਾ ਗਲਤ ਢੰਗ ਦੇ ਨਾਲ ਭੇਜਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅਤੇ ਲੁਧਿਆਣੇ ਦੇ DC ਨੇ ਇੱਕ ਟਰੈਵਲ ਏਜੰਟ ਨੂੰ ਫੜਨ ਦੀ ਗੱਲ ਕੀਤੀ ਅਤੇ ਉਸ ਨੂੰ ਫਰੋਡ ਦੇ ਅੰਦਰ ਜਿਹੜਾ ਉਸਦੀ ਏਜੰਸੀ ਵੀ ਬੰਦ ਕੀਤੀ ਹੈ। ਜਲੰਧਰ ਦੇ ਵਿੱਚ ਅਜਿਹਾ ਸੈਂਕੜੇ ਏਜੰਟ ਨੇ ਜਿਨ੍ਹਾਂ ਦੇ ਉੱਪਰ ਨੱਥ ਪਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਹੈ। ਅਤੇ ਮੌਸਮ ਬੜਾ ਖਰਾਬ ਹੈ ਪੰਜਾਬ ਦੇ ਵਿੱਚ, ਠੰਡ ਹੈ, ਧੁੰਦ ਹੈ, ਐਕਸੀਡੈਂਟ ਵੀ ਹੁੰਦੇ ਨੇ। ਆ ਪਿਛਲੇ ਦਿਨੀ ਮੁੱਲਾਂਪੁਰ ਦੇ ਕੋਲ ਐਕਸੀਡੈਂਟ, 4 ਨੌਜਵਾਨ ਵਿਆਹ ਤੋਂ ਆਉਂਦੇ ਜਿਨ੍ਹਾਂ ਦੀ ਮੌਤ ਹੋਈ ਆ। ਅਤੇ ਇਸ ਦੇ ਨਾਲ ਜੋ ਲੋਕਾਂ ਨੇ ਇੱਥੋਂ ਜਾਣਾ, ਇਹ ਖਿਆਲ ਰੱਖਣਾ ਚਾਹੀਦਾ ਕਿ ਧੁੰਦ ਔਰ ਸਫ਼ਰ ਉਸ ਵੇਲੇ ਹੋਵੇ ਸਫ਼ਰ ਜਦੋਂ ਦਿਨ ਵਧੀਆ ਹੋਵੇ, ਨਹੀਂ ਤਾਂ ਰਿਸਕ ਲੈਣ ਦੀ ਕੋਈ ਲੋੜ ਨਹੀਂ। ਇਹ ਸਨ ਇਸ ਹਫ਼ਤੇ ਦੀਆਂ, ਇਸ ਸਾਲ ਦੀਆਂ ਕੁਛ ਖਬਰਾਂ ਜਿਨ੍ਹਾਂ ਤਾਂ ਆਪਾਂ ਰਿਵਿਊ ਕੀਤਾ, ਵਿਚਾਰ ਵਟਾਂਦਰਾ ਹੋਇਆ। ਅਗਲੇ ਹਫ਼ਤੇ ਨਵੇਂ ਸਾਲ ਦੇ ਵਿੱਚ ਆਪ ਜੀ ਦੇ ਫਿਰ ਦਰਸ਼ਨ ਕਰਾਂਗੇ। ਅਗਰ ਕੋਈ ਇਸ ਸਾਲ ਵਿੱਚ ਪ੍ਰੋਗਰਾਮ ਦਿੰਦਿਆਂ ਕੋਈ ਗਲਤ ਹੇਠਾਂ ਉੱਤੇ ਕਹਿ ਹੋ ਗਿਆ ਹੋਵੇ ਤਾਂ ਮਾਫ਼ੀ ਦੇ ਜਾ ਚੁੱਕਾ ਹਾਂ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।